ਪਿੱਛੇ ਵਾਲੇ ਜਾਣਾ ਵਾ ਉਹ ਜਾਣ ਨੂੰ ਖੜਾ ਹੋਰ ਮੈਂ ਖੜ ਲਈ ਖੜਾ ਇੱਥੇ ਕਿੰਨੇ ਪੈਸੇ ਕਿੱਥੇ ਦੇ ਸ਼ੇਰਪੁਰ ਜਾਣਾ ਵਾ ਹਾਂ ਘੱਟ ਤੋਂ ਘੱਟ 5000 ਰੁਪਿਆ ਲਊਗਾ ਤੂੰ ਲੋਕਾਂ ਨੂੰ ਅੱਖ ਚੁੰਮੇ ਦੇ ਦੇ ਕੇ ਬਹੁਤ ਲੁੱਟਿਆ ਹੋਇਆ ਵਾ ਅੱਛਾ 5000 ਰੁਪਿਆ ਹਾਂ ਉਹ ਟੇਕੇ ਆ ਰਹਾ ਆਰਾਮ ਨਾਲ ਬਹਿ ਜਾ 10 ਰੁਪਏ ਦੇ ਕੇ ਜਾਈਦਾ ਵਾ ਉਹ ਗੱਲ ਸੁਣ ਰਣਜੀਤ ਗੁਰੇ ਰਿਕਸ਼ੇ ਵਾਲਿਆਂ ਨੂੰ ਵੀ ਥੋੜਾ ਮੋਟਾ ਕਮਾ ਲੈਣ ਦੇ ਸਾਰੇ ਪੈਸੇ ਤੂੰ ਹੀ ਕਮਾਈ ਜਾਣੇ ਆ ਕੋਈ ਨਹੀਂ ਜਿੰਨਾ ਕੁ ਜਾਣਾ ਸਹਿਗਾ ਉਹਨੇ ਕੋ ਪੈਸੇ ਬਹੁਤ ਆ ਚੱਕਾ ਪਰ ਬੈਠ ਬੈਠ ਚੱਲ ਬੈਠ ਬਹਿ ਜਾ ਮੇਰੇ ਰਿਕਸ਼ੇ ਦੇ ਤੈਨੂੰ ਘੰਟਾ ਘਰ ਕਮਾਵਾ ਤੁਸੀਂ ਵੀ ਜਾਣਾ ਰਿਕਸ਼ੇ ਤੇ ਆ ਜਾਓ ਤੁਹਾਨੂੰ ਮੈਂ ਬਾਜ਼ਾਰ ਘੁਮਾ ਕੇ ਲੈ ਕੇ ਆਉਣਾ ਇਹ ਜਿੰਦੇ ਹੰਸ ਦਾ ਰਿਕਸ਼ਾ ਕਦੇ ਨਹੀਂ ਖੜਦਾ ਬੱਲੇ ਬੱਲੇ ਰਣਜੀਤ ਕੌਰ ਤੂੰ ਤਾਂ ਕਹਿੰਦੇ ਮੈਂ ਇਕੱਲੇ ਨਹੀਂ ਬੈਠਣਾ ਵਾ ਆਹ ਤਾਂ ਨਾਲ ਕੁੜੀ ਵੀ ਬੈਠ ਗਈ ਤੇਰੀ ਕਿੰਨਾ ਤਾਂ ਕੁੜੀ ਨੂੰ ਕਿੱਥੇ ਛੱਡ ਕੇ ਜਾਈਏ ਇਹਨੂੰ ਘਰੇ ਛੱਡ ਦੇ ਅਸੀਂ ਵੀ ਛੱਡ ਜੀਏ ਘਰੇ ਇਹਨੂੰ ਪੁੱਛ ਵੀ ਮੇਰੇ ਦੇ ਦਾਂਗੇ 10 ਇਹਦੇ ਦੇ ਦਾਂਗੇ 10 ਰੁਪਏ 20 ਰੁਪਏ ਦੇ ਵਿੱਚ ਤੂੰ ਸ਼ੇਰਪੁਰ ਜਾਊਂਗੀ ਬਹੁਤ ਦੂਰ ਹੈ ਹਾਂ ਹੈ ਬੰਬੇ ਚ ਜਾਂਦਾ ਵਾ ਇਹ ਕੁੜੀ ਤੂੰ ਘਰੇ ਰਹਿ ਪਾ ਕਿਉਂ ਮੈਂ ਆਪਣੀ ਮੰਮੀ ਨਾਲ ਆਉਂਗਾ ਲੈ ਹਾਂ ਅੱਛਾ ਬੜਾ ਪਿਆਰ ਆ ਮਾਮਾ ਦੀ ਅੱਜ ਨਹੀਂ ਕੁਝ ਖਵਾਉਣ ਵਾਸਤੇ ਲੈ ਕੇ ਜਾਊਂਗੀ ਨਾ ਕੀ ਖਵਾਉਗੀ ਤੈਨੂੰ ਇਹ ਗੋਲਗੱਪੇ ਹੋਰ ਇਹ ਤਾਂ ਮਸਕਾ ਲਾਉਂਦਾ ਮੈਨੂੰ ਚੰਗਾ ਫਿਰ ਚਲੋ ਮਾਰਕੀਟ ਤੁਹਾਨੂੰ ਘੁਮਾ ਕੇ ਲੈ ਕੇ ਆਵਾਂ ਰਣਜੀਤ ਗੁਰੇ ਬਾਜ਼ਾਰ ਆ ਗਿਆ ਉਤਰੋ ਹਾਂ ਉਤਰਨਾ ਵੀ ਪੈਣਾ ਮੈਂ ਹੋਰ ਤੁਹਾਨੂੰ ਕਰੇਨੇ ਆ ਕੇ ਲਾਉਣਾ ਵਾ ਆਏ ਹੋਰ ਚੱਲ ਵੀ ਚੱਲ ਚਲੋ ਉਤਰੋ ਥਲੇ ਇੰਨੇ ਨਹੀਂ ਤੁਸੀਂ ਪੈਸੇ ਦੇਣੇ ਚਲੋ 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 ਹਾਂ ਰਣਜੀਤ ਗੁਰੇ ਇੱਥੇ ਖੜ ਗਈ ਤੂੰ ਮੈਂ ਪਵਿੱਤਰ ਖਾਣਾ ਵਾ ਅਸਾ ਪਵਿੱਤਰ ਖਾਣਾ ਵਾ ਹਾਂਜੀ ਦੋ ਯਾਰ ਇਹਨਾਂ ਨੂੰ ਦੋ ਪਲੇਟਾਂ ਪਵਿੱਤੇ ਦੀਆਂ ਦਵੋ ਹਾਂ ਰਣਜੀਤ ਗੁਰੇ ਕਿੰਨੀਆਂ ਪਲੇਟਾਂ ਲਵਾ ਲੀਆਂ ਦੋ ਪਲੇਟਾਂ ਲਵਾ ਲੀਆਂ ਹਾਂਜੀ ਕਿੰਨੇ ਦੀ ਪਲੇਟ ਆ ਬਾਈ 10 ਰੁਪਏ 10 ਰੁਪਏ ਦੀ ਠੀਕ ਆ ਯਾਰ 10 ਰੁਪਏ ਦੇ ਵਿੱਚ ਹੋਰ ਕੀ ਚਾਹੀਦਾ ਵਾ ਫੜ ਲਾ ਵੀ ਪਲੇਟ ਫੜ ਲਾ ਤੇ ਪਵਿੱਤਰ ਕਾਹਦੇ ਲਈ ਖਾਂਦੇ ਹੋ ਸਾਫ ਸੁਥਰਾ ਪਵਿੱਤਰ ਰੱਖਦੇ ਨੇ ਔਰ ਸੀਸਾ ਵਗੈਰਾ ਲਗਾ ਕੇ ਰੱਖਦੇ ਨੇ ਇੱਧਰ ਹੋ ਜਾਓ ਤੇ ਆ ਦੇਖ ਸਾਡਾ ਤਾਂ ਲਾ ਕੇ ਰੱਖਦਾ ਮੇਰਾ ਮੂੰਹ ਦੇਖਣ ਹੁੰਦਾ ਵਿੱਚ ਹਾਂ ਮੂੰਹ ਦੇਖਣ ਦਾ ਹਾਂਜੀ ਕਿੰਨਾ ਚਿਰ ਹੋ ਗਿਆ ਤੁਹਾਨੂੰ ਪਵਿੱਤਰ ਲਾਉਂਦਿਆਂ ਨੂੰ 15 ਸਾਲ ਅਸਾ ਰਣਜੀਤ ਗੁਰੇ ਖਾ ਪਵਿੱਤਰ ਆ ਵਾ ਵੀ ਵਾ ਇੰਨਾ ਪਿਆਰ ਹੋਣਾ ਚਾਹੀਦਾ ਆਪਸ ਵਿੱਚ ਦੋਨਾਂ ਦਾ ਠੀਕ ਆ ਨਾ ਆਹਾ ਹਾ ਹਾ ਪਵਿੱਤਰ ਵਾਲਾ ਵੀ ਇੰਨਾ ਹਰਾਮੀ ਆ ਮੈਨੂੰ ਇਕੱਲਾ ਜਿਹਾ ਫੜਾਦਾ ਇਹਨੂੰ ਚਮਚਾ ਫੜਾਉਣਾ ਇਹ ਵੀ ਦੇਖ ਦੂਖ ਕੇ ਬੰਦਾ ਨਾ ਕਹਿੰਦੇ ਮੈਂ ਤਾਂ ਦਿੰਦਾ ਵਾ ਚਮਚਾ ਭਾਬੀ ਦਾ ਫੈਨ ਨਹੀਂ ਹੈਗਾ ਭਾਬੀ 24 ਘੰਟੇ ਭਾਬੀ ਦਾ ਫੈਨ ਆ ਹੈਲੋ ਜੀ ਖਾ ਜਾਓ ਖਾ ਲਓ ਸਾਰੇ ਜਾਣੇ ਪਵਿੱਤਰ ਉਹ ਮੈਂ ਤੁਹਾਨੂੰ ਖਾ ਲਾ ਉਹ ਬੱਲੇ ਬੱਲੇ ਮਾਵਾਂ ਧੀਆਂ ਦੇ ਇੰਨਾ ਪਿਆਰ ਆਪਣੀ ਬੇਟੀ ਨੂੰ ਵੀ ਖਵਾ ਦੇ ਹਾਂਜੀ ਕਿੰਨਾ ਸਾਲ ਹੋ ਗਏ ਤੁਹਾਨੂੰ ਪਵਿੱਤਰ ਲਾਉਂਦਿਆਂ ਨੂੰ 15 ਸਾਲ ਹੋ ਗਏ ਤੁਹਾਨੂੰ ਸਿਰ ਪਰ ਪਵਿੱਤਰ ਲਾਉਂਦਿਆਂ ਨੂੰ ਹੈ ਕੀ ਬਾਤ ਅੱਜ ਤੁਹਾਡੀ ਦੁਕਾਨ ਤੇ ਭਾਬੀ ਰਣਜੀਤ ਕੌਰ ਆਈ ਆ ਕਿ ਨਹੀਂ ਜੋ ਆਂਖ ਚੁੰਮੇ ਬਾਂਟਦੀ ਹੈ ਨਾ ਹਾਂਜੀ ਨਾਰੀਅਲ ਪਾਣੀ ਕਿਤਨੇ ਕਾ ਹੈ 50 ਕਾ ਹੈ ਹਾਂਜੀ ਦੇਖੋ ਜੀ ਨਾਰੀਅਲ ਪਾਣੀ ਪੀਣਾ ਚਾਹੀਦਾ ਠੀਕ ਹੈ ਨਾ ਤੇ ਇਹਦੇ ਨਾਲ ਡੇਂਗੂ ਭੱਜਦਾ ਵਾ ਠੀਕ ਹੈ ਨਾ ਜਿੰਨਾ ਪੀਓਗੇ ਓਨਾ ਹੀ ਜ਼ਿਆਦਾ ਸਿਹਤ ਲਈ ਬਹੁਤ ਜ਼ਰੂਰੀ ਆ ਇਹ ਬਹੁਤ ਵਧੀਆ ਵਿਟਾਮਿਨ ਹੁੰਦੀ ਹੈ ਇਹ ਵੀ ਬਹੁਤ ਤਾਕਤ ਹੁੰਦੀ ਬਹੁਤ ਗੁਣ ਹੈਗੇ ਆ ਪੀਣਾ ਚਾਹੀਦਾ ਪਲੀਜ਼ ਆ ਲਓ ਅਭੀ ਪੀਣ ਲੱਗੀ ਆ ਅੱਛਾ ਜੀ ਸਾਰੇ ਜਾਣੇ ਨੂੰ ਬਹੁਤ ਭੁੱਖਣਾ ਤੂੰ ਸੌਣ ਲੱਗੇ ਹਰ ਇੱਕ ਦੁਕਾਨ ਤੇ ਖੜ ਜਾਨੀ ਆ ਕੇ ਕੀ ਕਰਾਂ ਮੈਂ ਭੁੱਖੀ ਇੰਨੀ ਪਾਈ ਹੋਈ ਮੈਂ ਅੱਛਾ ਹਾਂਜੀ ਕਾਤੇ ਭੁੱਖ ਪਾਈ ਆ ਖਾਣ ਪੀਣ ਵਾਲੀਆਂ ਚੀਜ਼ਾਂ ਤੇ ਅੱਛਾ ਹੈ ਹੁਣ ਦੇਖੋ ਆਪਾਂ ਆ ਪੀ ਲੈਣਾ ਵਾ ਇਹ ਇੰਨਾ ਕੁਸੀ ਖਾਂਦੀ ਐ ਸਿਵ ਸਕਤੀ ਹੰਸ ਤੇਰੀ ਮਾਂ ਹਾਂ ਬਹੁਤ ਕੁਸ ਖਾਣੀ ਐ ਮੈਂ ਤਾਂ ਗੋਲਗੱਪੇ ਹੀ ਖਾਣਾ ਅੱਛਾ ਤੂੰ ਗੋਲਗੱਪੇ ਖਾਣਾ ਵਾ ਅੱਛਾ ਹਾਂਜੀ ਕੀ ਹਾਲ ਚਾਲ ਆ ਬਹੁਤ ਵਧੀਆ ਕਿੰਨਾ ਚਿਰ ਹੋ ਗਿਆ ਰੇੜੀ ਲਾਈ ਨੂੰ ਕਿੰਨੇ ਸਾਲ ਹੋ ਗਏ ਰੇੜੀ ਲਾਈ ਨੂੰ ਪੰਦਰਾਂ ਵੀਹ ਸਾਲ ਹੋ ਗਏ ਹਾਂਜੀ ਲਓ ਜੀ ਭਾਬੀ ਰਣਜੀਤ ਕੌਰ ਬੰਗਾ ਚੂੜੀਆਂ ਵਾਲੀ ਦੁਕਾਨ ਤੇ ਆ ਗਈ ਆ ਦੇਖੋ ਹਾਂਜੀ ਹਾਂਜੀ ਮੈਂ ਚੂੜੀਆਂ ਚੜਾਉਣ ਵਾਸਤੇ ਆਈ ਆ ਅੱਛਾ ਠੀਕ ਹੈ ਨਾ ਭਾਈ ਚੂੜੀਆਂ ਚੜਾ ਦੇ ਮੇਰੇ ਕਿੱਦਾਂ ਲਾਈਆਂ ਵਾ ਗੋਰੀ ਗੋਰੀ ਪੀਣੀ ਨੂੰ ਚੂੜੀਆਂ ਚੜਾ ਦੇ ਮੇ ਚਲੋ ਜੀ ਮੇਰੇ ਚੂੜੀਆਂ ਚੜਾ ਕੇ ਦਿਓ ਮੈਨੂੰ ਨਹੀਂ ਪਤਾਗਾ ਹਾਂਜੀ ਮੰਮੀ ਚੜਾ ਲਓ ਹੁਣ ਚੂੜੀਆਂ ਕਿਹੜੇ ਰੰਗ ਦੀ ਪਸੰਦ ਆਈ ਆ ਲਾਲ ਰੰਗ ਦੀਆਂ ਚੜਾ ਲੈਂਦੇ ਆਪਾਂ ਲਾਲ ਰੰਗ ਦੀਆਂ ਹਾਂ ਓਕੇ ਭਾਈ ਕੱਚੀਆਂ ਕਿ ਪੱਕੀਆਂ ਵਾ
ਦੇਖ ਲੈ ਜੇ ਟੁੱਟ ਗਈਆਂ ਫੇਰ ਫਿਰ ਪੱਕੀਆਂ ਚੂੜੀਆਂ ਦੇ ਮੈਨੂੰ ਹਾਂਜੀ ਹਾਂਜੀ ਦੇਖੋ ਚੂੜੀਆ ਆ ਦੇਖੋ ਬੱਲੇ ਬੱਲੇ ਨੀ ਗੋਰੀ ਗੋਰੀ ਬੀਨੀ ਨੂੰ ਮੈਨੂੰ ਚੂੜੀਆ ਚੜਾ ਲੈ ਭਾਈ ਪਾ ਚੂੜੀਆਂ ਦੇਖੋ ਚੂੜੀਆ ਕਰਦੀ ਹੋਈ ਦੇਖੋ ਵੀ ਲਓ ਜੀ ਆਏ ਹਾਏ ਆ ਜਾਓ ਆ ਜਾਓ ਚੂੜੀਆਂ ਚੜਾ ਲੀਆਂ ਆਪਾਂ ਠੀਕ ਹੈ ਨਾ ਤੁਸੀਂ ਵੀ ਆ ਜਾਓ ਕਰਾਂ ਨਨਾਣਾ ਨੇ ਮੇਰੀਆਂ ਨੇ ਚੜਾਉਣੀਆਂ ਚੂੜੀਆਂ ਠੀਕ ਹੈ ਨਾ ਭਾਬੀ ਪਵਾ ਕੇ ਦੇਊਗੀ ਤੁਹਾਨੂੰ ਚੂੜੀਆਂ ਨਨਾਣਾ ਨੂੰ ਵੀ ਹੋਰ ਕਿਹਨੂੰ ਠੀਕ ਹੈ ਨਾ ਦਰਾਣੀਆਂ ਜਠਾਣੀਆਂ ਨੂੰ ਵੀ ਦਰਾਣੀਆਂ ਨੂੰ ਜਠਾਣੀਆਂ ਨੂੰ ਜਲਦੀ ਜਲਦੀ ਪਰ ਮੇਰੇ ਕੋਲੇ ਆ ਜਾਓ ਉਹ ਨਾ ਹੋ ਜਰ ਮੈਂ ਦੁਕਾਨ ਤੇ ਦੁਕਾਨ ਤੋਂ ਚਲੀ ਗਈ ਮੁੜ ਕੇ ਤੁਸੀਂ ਆ ਕੇ ਖੜ ਜਾਓ ਅੱਛਾ ਕਿੰਨੇ ਸਾਲ ਹੋ ਗਏ ਭਾਜੀ ਬੰਗਾਂ ਦੀ ਦੁਕਾਨ ਨੂੰ ਹਾਂ 25 ਸਾਲ 25 ਸਾਲ ਕੀ ਬਾਤ ਆ 25 ਸਾਲ ਹੋ ਗਏ ਭਾਜੀ ਬੰਗਾਂ ਦੁਕਾਨ ਨੂੰ ਹਾਂਜੀ ਹਾਂਜੀ ਬਸ ਚੂੜੀਆਂ ਬਹੁਤ ਵੇਚਦੀਆਂ ਨੇ ਹਾਂ ਵੀ ਸਿਵ ਸਕਤੀ ਹੰਸ ਤੂੰ ਵੀ ਪਾਉਣੀਆਂ ਨੇ ਨਹੀਂ ਨਹੀਂ ਸਾਡੇ ਦਾ ਦੇ ਸਹੀ ਕਾਪੀ ਆ ਅੱਛਾ ਜੀ ਯਾਰ ਹੁਣੀ ਤਾਂ ਬਸ ਕੱਲਿਆਂ ਹਾਂ ਦਰਾਕਸ ਹੀ ਪਾਉਂਦੇ ਨੇ ਹਨਾ ਕੱਚੇ ਕੱਚ ਦੇ ਕੰਗਣ ਖਣਕਾਇਆ ਨਾ ਕਰੋ ਖਣਕਾਇਆ ਨਾ ਕਰੋ ਇਹ ਟੁੱਟ ਜਾਣਗੇ ਬਹੁਤ ਸਰੰਕਾਇਆ ਨਾ ਕਰੋ ਇੱਕ ਤੈਨੂੰ ਬੰਗਾ ਚੜਾ ਕੇ ਦਿੱਤੀਆਂ ਉੱਪਰ ਦੀ ਮੈਨੂੰ ਐ ਹੱਥ ਮਾਰਦੀਆਂ ਅੱਛਾ ਲਾ ਭਾਈ ਇਹਦੀ ਜਿੱਦਾਂ ਬੰਗਾ ਚੜਾਈਆਂ ਉਦਾਂ ਲਾ ਭਾਈ ਕਿਵੇਂ ਲਾ ਲੂਗਾ ਬੰਗਾ ਅੱਛਾ ਪੈਸਾ ਨਹੀਂ ਜਿੱਦਾਂ ਤੁਸੀਂ ਕਿਵੇਂ ਲਾ ਲੋਗੇ ਨਹੀਂ ਨਹੀਂ ਮੈਂ ਨਹੀਂ ਲਾਉਣਾ ਮੈਂ ਤਾਂ ਚੜਾ ਕੇ ਦਿੱਤੀਆਂ ਨੇ ਠੀਕ ਹੈ ਨਾ ਤੁਹਾਡੇ ਮੁੱਖ ਤੇ ਪੈਣ ਵਾਲੇ ਆ ਸਮਝ ਗਏ ਨਾ ਅੱਛਾ ਹੁਣ ਪੈਸੇ ਵੀ ਤੂੰ ਹੀ ਦੇ ਮੈਂ ਨਹੀਂ ਦੇਣੇ ਹੈਗੇ ਪੈਸੇ ਹੈ ਹੀ ਨਹੀਂ ਮੇਰੇ ਕੋਲੇ ਆਪਾਂ ਅੱਖਾਂ ਚੁੰਮੇ ਦੇ ਦਾਂਗੇ ਆਪਾਂ ਚੱਲਦੇ ਘਰ ਨੂੰ ਠੀਕ ਹੈ ਨਾ ਹਾਂਜੀ ਜਿਨ੍ਹਾਂ ਨੂੰ ਦੇਖ ਕੇ ਰਣਜੀਤ ਕੌਰ ਭਾਬੀ ਸਿਵ ਸ਼ਕਤੀ ਹੰਸ ਅਤੇ ਜਿੰਦਾ ਹੰਸ ਟਿਕਟੋਕ ਸਟਾਰ ਬਣੇ ਨੇ ਅੱਜ ਉਹਨਾਂ ਨੂੰ ਭਾਜੀ ਨੂੰ ਦਿਖਾਉਂਦੇ ਹਾਂ ਅਸੀਂ ਅਤੇ ਬਹੁਤ ਸਾਰੀਆਂ ਵੀਡੀਓ ਟਿਕਟੋਕ 'ਤੇ ਇੰਨੇ ਵਾਇਰਲ ਸੀ ਭਾਜੀ ਬਹੁਤ ਜ਼ਿਆਦਾ ਇੱਧਰ ਆ ਮੇਰੇ ਵੀਰ ਜੀ ਔਰ ਤੁਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਜਾਣਦੇ ਦੋਨੇ ਵੀਰਿਆਂ ਨੂੰ ਠੀਕ ਆ ਨਾ ਹਾਂਜੀ ਵੀਰ ਜੀ ਆਪਣੇ ਕਿੰਨੇ ਫੋਲੋਵਰ ਸੀ ਟਿਕਟੋਕ 'ਤੇ 9 ਲੱਖ ਕਿਉਂ ਭਾਬੀ ਤੋਂ ਘੱਟ ਨਹੀਂ ਵੀਰ ਜੀ ਬੱਲੇ ਬੱਲੇ ਆ ਇਹ ਦੋ ਵੀਰਿਆਂ ਦੇ ਵਿੱਚ ਹੁਣ ਭਾਬੀ ਵੀ ਫਸ ਗਈ ਆ ਕੇ ਹੁਣ ਠੰਡ ਆ ਗਈ ਆ ਸਮਝ ਗਏ ਨਾ ਬੂਟ ਪਾਉਣੇ ਆ ਜਰਾਬਾਂ ਪਾਉਣੀਆਂ ਵਾ ਇਹਨਾਂ ਕੋਲੇ ਖਰੀਦ ਕੇ ਲੈ ਕੇ ਜਾਣੀਆਂ ਵਾ ਆਪਾਂ ਹੁਣ ਕਰਦੇ ਆਂਦੇ ਨੇ ਮਸ਼ਹੂਰੀ ਠੀਕ ਆ ਨਾ ਆਪਾਂ ਉਦਾਂ ਹੀ ਬੂਟ ਲੈ ਕੇ ਅੱਛਾ ਇੱਕ ਗੱਲ ਹੋਰ ਆ ਵੀ ਭਾਬੀ ਨੂੰ ਤੁਸੀਂ ਸੋਚਿਆ ਬਦਲੇ ਸ਼ੇਰਪੁਰ ਚ ਕੱਲੀ ਸਟਾਰ ਆ ਓ ਇਹ ਪੁਰਾਣੇ ਬੈਡੇ ਨੇ ਟਿਕਟੋਕ ਦੇ ਠੀਕ ਆ ਨਾ ਬਹੁਤ ਵੱਡੇ ਸਟਾਰ ਨੇ ਦਿਖਾ ਬੇਟਾ ਭਾਬੀ ਨੂੰ ਬੂਟ ਦਿਖਾ ਹਾਂ ਹਾਂਜੀ ਭਾਜੀ ਤੁਸੀਂ ਟਿਕਟੋਕ ਤੇ ਬਹੁਤ ਵੱਡੇ ਸਟਾਰ ਸੀ ਹਨਾ ਭਾਜੀ ਸਟਾਰ ਕਰਦਾ ਜੀ ਬਸ ਬਾਪਾ ਹੀ ਨਹੀਂ ਯਾਦ ਕਰਦੇ ਕਹਿੰਦੇ ਸਟਾਰ ਬਣ ਗਏ ਅਸਾ ਭਾਜੀ ਕੋਈ ਰਿਸ਼ਤੇਦਾਰ ਵਾਲਾ ਨੇ ਜਿੱਦਾਂ ਕਿ ਰਿਸ਼ਤੇਦਾਰ ਹੁੰਦਾ ਟੋਕਦੇ ਨੇ ਅਤੇ ਕਹਿੰਦੇ ਮਤਲਬ ਲੋਕੀ ਵੀ ਕਹਿੰਦੇ ਨੇ ਤੁਸੀਂ ਕੀ ਕਰ ਰਹੇ ਹੋ ਤੁਸੀਂ ਹਨਾ ਦੇਖੋ ਜੀ ਰਿਸ਼ਤੇਦਾਰ ਤਾਂ ਬਹੁਤ ਕੁਝ ਕਹਿੰਦੇ ਨੇ ਹਾਂਜੀ ਸਵੇਰੇ ਉੱਠੋ ਹਾਂਜੀ ਰੱਬ ਦਾ ਨਾਮ ਲਓ ਹਾਂਜੀ ਆਪਣੇ ਜਿੱਧਰ ਨੂੰ ਕੰਮ ਨੂੰ ਜਾਣਾ ਚੱਲੋ ਹਾਂਜੀ ਕਿਸੇ ਦੀ ਪਰਵਾਹ ਨਾ ਕਰੋ ਕੀ ਬਾਤਾਂ ਭਾਜੀ ਕਿਸੇ ਦੀ ਪਰਵਾਹ ਕਰੋਗੇ ਤੇ ਕੱਲ ਵੀ ਖਤਮ ਤੇ ਅੱਜ ਵੀ ਖਤਮ ਕੀ ਬਾਤ ਆ ਭਾਜੀ ਬਹੁਤ ਚੰਗਾ ਲੱਗਿਆ ਭਾਜੀ ਤੁਹਾਨੂੰ ਮਿਲ ਕੇ ਠੀਕ ਹੈ ਨਾ ਬਿਲਕੁਲ ਜੀ ਬਿਲਕੁਲ ਹਾਂਜੀ ਅਸੀਂ ਰੋਜ਼ ਭਾਬੀ ਜੀ ਮੇਲੇ ਦੀ ਵੀਡੀਓ ਦੇਖਦੇ ਆ ਹਾਂਜੀ ਹਾਂਜੀ ਸਾਰੇ ਘਰ ਦੇ ਪਸੰਦ ਕਰਦੇ ਆ ਕੀ ਬਾਤਾਂ ਜੀ ਭਾਜੀ ਕਿੰਨਾ ਚਿਰ ਹੋ ਗਿਆ ਆਪਣੇ ਦੁਕਾਨ ਨੂੰ ਸਾਡੀ ਦੁਕਾਨ ਨੂੰ 50 ਸਾਲ ਹੋ ਗਏ 50 ਸਾਲ ਹੋ ਗਏ ਪਹਿਲਾਂ ਆਪਣੇ ਬਜ਼ੁਰਗ ਕਰਦੇ ਸੀ ਨਾ ਜੀ ਹਾਂਜੀ ਡੈਡੀ ਸਾਡੇ ਕਰਦੇ ਸੀ ਉਹ ਫੋਟੋ ਲੱਗੀ ਡੈਡੀ ਦੀ ਹਾਂਜੀ 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 ਇਹ ਨੇ ਨਾ ਜੀ ਹਾਂਜੀ ਹਾਂ ਕੀ ਬਾਤ ਆ ਭਾਜੀ ਬਹੁਤ ਵਧੀਆ ਲੱਗਿਆ ਭਾਜੀ ਤੁਹਾਨੂੰ ਮਿਲ ਕੇ ਹੁਣ ਤੂੰ ਬੈਠ ਗਈ ਇੱਥੇ ਜੀ ਮੈਂ ਸੀਸਿਆਂ ਵਾਲੀ ਜੁੱਤੀ ਲੈਣੀ ਆ ਅੱਛਾ ਕਹਿ ਦੋ ਭਾਜੀ ਸੀਸਿਆਂ ਵਾਲੀ ਜੁੱਤੀ ਦਿਖਾ ਦੋ ਭਾਬੀ ਨੂੰ ਭਾਬੀ ਲੋ ਸੀਸੇ ਵਾਲੀ ਜੁੱਤੀ ਲੋ ਅੱਛਾ ਆਏ ਹਾਏ ਪਾਉਣੀ ਨਹੀਂ ਜੀ ਮੈਂ ਹਾਂ ਇਹ ਤਾਂ ਮੈਂ ਮੂੰਹ ਦੇਖਿਆ ਕਰਨਾ ਅੱਛਾ ਨਾ ਜੇ ਮੈਂ ਪਾ ਲਈ ਤਾਂ ਗੰਦੀ ਹੋ ਜਾਣੀ ਆ ਗੰਦੀ ਹੋ ਜਾਣੀ ਫਿਰ ਇੱਕ ਐ ਕਰ ਇੱਕ ਦੂਜੀ ਜੁੱਤੀ ਵੀ ਲੈ ਲਾ ਉਹ ਆਪਣੀ ਮਾਂ ਨੂੰ ਦੇ ਦੀ ਉਹ ਵੀ ਮੂੰਹ ਦੇ ਲਿਆ ਕਰੂਗੀ ਨਹੀਂ ਉਹਨੇ ਦੇਖਣਾ ਨਹੀਂਗਾ ਹਾਂ ਉਹ ਉੱਪਰ ਗਈ ਉੱਪਰ ਗਈ ਆ ਹੁਣ ਸੀਸਿਆਂ ਵਾਲੀ ਜੁੱਤੀ ਦਾ ਲੈ ਤਾਂ ਲਈ ਠੀਕ ਆ ਹੁਣ ਚੰਗੀ ਤਰ੍ਹਾਂ ਮੂੰਹ ਦੇਖੀ ਨਾਲੇ ਆਪਦੀ ਭੈਣ ਨੂੰ ਦਿਖਾ ਦੀ ਕੋਈ ਨਹੀਂ ਫਿਰ ਤੁਹਾਡੀ ਸਾਲੀ ਆ ਦੇਖ ਲਿਆ ਕਰੂਗੀ ਉਹ ਵੀ ਅੱਛਾ ਮੈਂ ਤਾਂ ਲਹਿੰਗਾ ਵੀ ਲੈਣਾ ਵਾ ਸੀਸਿਆਂ ਵਾਲਾ ਆਪਦੀ ਭੈਣ ਨੂੰ ਵੀ ਲੈ ਦੀ ਤੇ ਲੈ ਦੂੰਗੀ ਹਾਂ ਫਿਰ ਇੱਕ ਨੂੰ ਤਾਂ ਰੱਖਦਾ ਦੋਨਾਂ ਨੂੰ ਮੈਂ ਰੱਖੂੰਗਾ ਹਾਂਜੀ ਜਿਹੜੇ ਭਾਜੀ ਟਿਕਟੋਕ ਸਟਾਰ ਆ ਉਹਨਾਂ ਦੀ ਜੁੱਤੀਆਂ ਦੁਕਾਨ ਤਾਂ ਹੈਗੀ ਆ ਨਾਲ ਬੈਗਾਂ ਦੀ ਟਰੰਕਾਂ ਦੀ ਅਤੇ ਵਾਵਾ ਦੁਕਾਨ ਆ ਉਹਨਾਂ ਦੀ ਹਾਂਜੀ ਭਾਜੀ ਕੀ ਹਾਲ ਚਾਲ ਆ ਜੀ ਬਹੁਤ ਵਧੀਆ ਬਾਬਾ ਜੀ ਦੁਕਾਨ ਕਿੱਥੇ ਬਾਬਾ ਜੀ ਸ਼ੇਰਪੁਰ ਮੇਨ ਮਾਰਕੀਟ ਜੀ ਕੀ ਬਾਤ ਆ ਇਹ ਕਿੰਨੇ ਚਿਰ ਹੋ ਗਏ ਜੀ 50 ਸਾਲ ਇਹਨੂੰ ਵੀ 50 ਸਾਲ ਹੋ ਗਏ ਜੀ ਅੱਛਾ ਜੀ ਅੱਜ ਭਾਬੀ ਰਣਜੀਤ ਕੌਰ ਆਈ ਆ ਤੁਹਾਡੇ ਕੋਲੇ ਤੇ ਕਿੱਦਾਂ ਦਾ ਲੱਗਿਆ ਬਹੁਤ ਵਧੀਆ ਲੱਗ ਰਿਹਾ ਜੀ ਬਹੁਤ ਵਧੀਆ ਅੱਛਾ ਜੀ ਤੁਹਾਨੂੰ ਵੀ ਮਿਲ ਕੇ ਭਾਜੀ ਬਹੁਤ ਚੰਗਾ ਲੱਗਿਆ ਡੈਡੀ ਡੋਰੀਮੋਨ ਪਹਿਲੀ ਵਾਰ ਦੁਕਾਨ ਤੇ ਆਇਆ ਅੱਛਾ ਜੀ ਜੀ ਬੜਾ ਸਾਰਾ ਟੈਚੀ ਲੈ ਕੇ ਜਾਣਾ ਵਾ ਕੀ ਗੱਲ ਜਦੋਂ ਆਪਣਾ ਪ੍ਰੋਗਰਾਮ ਤੇ ਜਾਈਦਾ ਵਾ ਹਾਂ ਫਿਲਮਾਂ ਫੁਲਮਾਂ ਕਰਨ
बहुत चंगे इंसान भाजी तुसी ठीक है ना, परमात्मा तंदुरुस्तियां बख्शे तुहानू ठीक है ना। लो जी मेरे मोहल्ले का सब तो शानदार टेलर जिन्हां कोलों असीं कपड़े समाने ते भाभी रणजीत कौर समांदी आ ते उहने कोहिनूर भाजी अते मेरे वीर जी अज भाभी उहनां दी दुकान ते आए भाजी। सलाम वालेकुम। वालेकुम अस्सलाम। हाँ जी भाजी किन्ना चिर हो गया दुकान करदे नूं आपां नूं? बहुत देर हो गया 42 साल। क्या बात है भाजी, किदां दा लगदा तुहानूं इत्थे रहि के शेरपुर च? बहुत बढ़िया, बहुत बढ़िया, फर्स्ट क्लास। असा पिंड नहीं चेते आंदा, देखो जी सब्जी लेने आए मेरी मम्मी डैडी। अज असीं सब्जी खरीदने आए हैं दोनों जाने ठीक है ना। चलो भी आ जाओ तुम भी सब्जी खरीदी आप ठीक है ना, जो बाहर देश बैठे अजकल मटर भी बहुत सोहने आ गए ठीक है ना खाने लिए, पहले पक्के जो मटर से बहुत वधिया मटर ने। देखो अब तुम खाते होने परमल है ना, बहुत वधिया सब्जी बनती है। अते आजो 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 पालक हरे भाई साग हाँ खा खा के धुनिया हरिया कराओ मिठी लस्सी बनावांगे ताही मिठी रहूंगी तू। ना मैं नून वाली नून वाली पढ़ लेने जगरात नहीं है आज भी आयो ठंडी लस्सी पियो ठीक है ना, सियाणा जी जरूर पीनी चाहिदी है। हाँ जी पी लो पी लो टेस्टी आ चलो वधिया गल्ल आ। हाँ। हाँ। हो दसो नविता जी बस यही है।